ਇਹ ਦੋ ਤਿੰਨ ਇਸ਼ੂ ਜਿਹੜੇ ਕਿ ਇਲੈਕਸ਼ਨ ਟਾਈਮ ਤੇ ਫੋਟਾ ਫੁੰਦੇ ਨੇ ਉਸ ਤੋਂ ਬਾਅਦ ਉਹਦਾ ਸਾਰਾ ਸੋਲੂਸ਼ਨ ਇਲੈਕਸ਼ਨ ਦਿਨਾਂ 'ਚ ਕਰ ਦਿੰਦੇ ਨੇ ਕਿ ਤੁਸੀਂ ਦੇਖੋ ਮਿਸੇ ਕਿਰਨ ਖੇਰ ਨੇ ਕਹਤਾ ਸੀ ਪਿਛਲੇ ਵਾਰ ਕਿ ਜੀ ਹਾਂ 3 ਹੌਲਡ ਵੀ ਹੋ ਗਿਆ ਸਾਡੇ ਬਾਇਲੇਸ਼ਨ ਵੀ ਠੀਕ ਹੋ ਗਈਆਂ ਠੀਕ ਹੈ ਲੇਕਿਨ ਉਸ ਤੋਂ ਹੁੰਦਾ ਕੁਛ ਨਹੀਂ ਇਹ ਮਿਸਕੋ ਕਾਰਪੋਰੇਸ਼ਨ ਇਸ ਪਲਾਂਟ ਨੂੰ 1 ਸਾਲ ਵੀ ਚਲਾ ਲੇ ਤਾਂ ਮੈਂ ਗਲਾਪਨਾ ਕਟਵਾ ਲੂ ਉਹਨਾਂ ਨੇ ਰੈਨੋਵੇਟ ਵੀ ਆਪਣੇ ਕਰਨਾ ਸੀ ਸਭ ਕੁਝ ਕਰਨਾ ਸੀ ਲੇਕਿਨ ਐਮਸੀ ਨੂੰ ਜਾਂ ਭਾਜਪਾ ਨੂੰ ਉਹ ਰਾਸ ਨਹੀਂ ਆਏ ਕਿਉਂਕਿ ਉਹਨਾਂ ਕੋਲ ਕੋਈ ਕਮਾਈ ਨਹੀਂ ਹੋ ਰਹੀ ਸੀ ਚੰਡੀਗੜ੍ਹ ਦੇ ਡੱਡੂ ਮਾਦਰੇ ਵਿੱਚ ਕੂੜੇ ਦਾ ਪਹਾੜ ਬਣਿਆ ਹੋਇਆ ਔਰ ਪਿਛਲੇ 15 ਸਾਲ ਤੋਂ ਚੰਡੀਗੜ੍ਹ ਵਿੱਚ ਜਿੰਨੇ ਇਲੈਕਸ਼ਨ ਹੋਏ ਆ ਸਾਰੇ ਦੇ ਵਿੱਚ ਉਹ ਕੂੜੇ ਦਾ ਪਹਾੜ ਮੁੱਦਾ ਰਿਹਾ ਪਰ ਕੂੜੇ ਦਾ ਪਹਾੜ ਮੁੱਦਾ ਜ਼ਰੂਰ ਬਣਿਆ ਪਰ ਕੂੜੇ ਦਾ ਪਹਾੜ ਅਜੇ ਤੱਕ ਹਟਿਆ ਨਹੀਂ ਕੂੜੇ ਦਾ ਪਹਾੜ ਲਗਾਤਾਰ ਉਸ ਦਾ ਸਾਈਜ਼ ਵੱਧ ਰਿਹਾ ਜਦ ਕਿ ਉਹਨੂੰ ਖਤਮ ਕਰਨ ਦੇ ਲਈ ਕਈ ਵਾਰੀ ਦਾਅਵੇ ਕੀਤੇ ਗਏ ਪਰ ਆਏ ਵਾਰੀ ਇਲੈਕਸ਼ਨ ਜ਼ਰੂਰ ਜਿੱਤੇਗੇ ਪਰ ਪਹਾੜ ਉੱਥੇ ਤੇ ਉੱਥੇ ਹੀ ਹੈਗਾ ਇਸ ਵਾਰੀ ਫੇਰ ਲੋਕ ਸਭਾ ਇਲੈਕਸ਼ਨ ਜਿਹੜੇ ਆ ਸਿਰ ਤੇ ਹੈਗੇ ਆ ਔਰ ਕੂੜੇ ਦਾ ਪਹਾੜ ਇੱਕ ਵਾਰੀ ਫੇਰ ਚਰਚਾ ਵਿੱਚ ਆਏਗਾ ਸਾਡੇ ਨਾਲ ਪ੍ਰੇਮ ਗਰਜੀ ਹੈ ਪ੍ਰੇਮ ਗਰਜੀ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਬੜੇ ਸੀਨੀਅਰ ਲੀਡਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਗਰਕ ਸਾਹਿਬ ਪਹਿਲਾਂ ਦਾ ਸਵਾਗਤ ਆ ਤੁਹਾਡਾ ਦੈਨਿਕ ਸਵੇਰਾਂ ਦੇ ਥੈਂਕ ਯੂ ਜੀ ਥੈਂਕ ਯੂ ਗਰਕ ਸਾਹਿਬ ਇੱਕ ਵਾਰੀ ਫੇਰ ਲੋਕ ਸਭਾ ਚੋਣਵ ਜਿਹੜੇ ਆ ਸਿਰ ਤੇ ਨੇ ਔਰ ਪ੍ਰਚਾਰ ਲਗਭਗ ਬੀਜੇਪੀ ਨੇ ਤਾਂ ਸ਼ੁਰੂ ਵੀ ਕਰਤਾ ਰੈਲੀਆਂ ਦਾ ਕੰਮ ਹਰੀ ਸਟੇਟ ਵਿੱਚ ਸ਼ੁਰੂ ਹੋ ਗਿਆ ਹਾਲਾਂਕਿ ਉਹ ਕਹਿ ਰਿਹਾ ਵੀ ਅਸੀਂ 9 ਸਾਲ ਵਿੱਚ ਜਿਹੜੇ ਕੰਮ ਕੀਤੇ ਆ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਇੱਕ ਵਾਰੀ ਫੇਰ ਕੂੜੇ ਦਾ ਪਹਾੜ ਜਿਹੜਾ ਇਸ ਸਮੇਂ ਮੁੱਦਾ ਬਣਿਆ ਹੋਇਆ ਹੁਣ ਇੱਕ ਸਟੱਡੀ ਟੂਰ ਵੀ ਗਿਆ ਜਿਸ ਦਾ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਹੈ ਜਦੋਂ ਸਰ ਕੂੜੇ ਦਾ ਪਹਾੜ ਇੱਕ ਮੁੱਦਾ ਬਣਿਆ ਹੋਇਆ ਔਰ ਸਰਕਾਰ ਉਹਨੂੰ ਹਟਾਉਣਾ ਚਾਹੁੰਦੀ ਹੈ ਉਸ ਦੇ ਲਈ ਸਟੱਡੀ ਟੂਰ ਵੀ ਗਿਆ ਤਾਂ ਆਮ ਆਦਮੀ ਪਾਰਟੀ ਦਾ ਇਹ ਵਿਰੋਧ ਕਿਉਂ ਹੈ ਬੇਸਿਕਲੀ ਕੀ ਹੈ ਕਿ ਜਦੋਂ ਵੀ ਇਲੈਕਸ਼ਨ ਹੁੰਦੇ ਨਾ ਜੀ ਦੋ ਤਿੰਨ ਇਸ਼ੂ ਜਿਹੜੇ ਹੈਗੇ ਉਹ ਹਮੇਸ਼ਾ ਟ੍ਰੋਪ ਅਪ ਕਰਦੇ ਨੇ ਔਰ ਇਲੈਕਸ਼ਨ ਦਿਨਾਂ ਚ ਉਹਨਾਂ ਦਾ ਸੋਲੂਸ਼ਨ ਹੋ ਜਾਂਦਾ ਹੈ ਇਲੈਕਸ਼ਨ ਤੋਂ ਬਾਅਦ ਉਹ ਖਤਮ ਜਿਵੇਂ ਲੀਜ਼ ਹੋਲਡਰ ਦਾ ਹੈਗਾ ਹਰ ਵਾਰੀ ਤੁਸੀਂ ਦੇਖਿਆ ਹੋਗਾ ਜਦੋਂ ਵੀ ਲੀਜ਼ ਹੋਲਡਰ ਦੀ ਗੱਲ ਹੁੰਦੀ ਹੈ ਉਹ ਕਹਿੰਦੇ ਲੀਜ਼ ਹੋਲਡ ਖਤਮ ਹੋ ਗਿਆ ਜੀ ਬਿਲਕੁਲ ਜਾਂ ਚੰਡੀ ਹਾਊਸਿੰਗ ਬੋਰਡ ਦੇ ਜਿਹੜੇ ਵਾਇਲੇਸ਼ਨ ਜਿਹੜੇ ਹੈਗੇ ਇਸ ਤਰੀਕੇ ਕੋਡੇ ਦਾ ਢੇਰ ਇਹ ਦੋ ਤਿੰਨ ਇਸ਼ੂ ਜਿਹੜੇ ਜਿਹੜੇ ਕਿ ਇਲੈਕਸ਼ਨ ਦੇ ਟਾਈਮ ਤੇ ਹੌਟ ਅਪ ਹੁੰਦੇ ਨੇ ਉਸ ਤੋਂ ਬਾਅਦ ਉਹਦਾ ਸਾਰਾ ਸੋਲੂਸ਼ਨ ਇਲੈਕਸ਼ਨ ਦੇਣਾ ਚ ਕਰ ਦਿੰਦੇ ਨੇ ਕਿ ਤੁਸੀਂ ਦੇਖੋ ਕਿ ਮਿਸੇ ਕਿਰਨ ਖੇਰ ਨੇ ਕਹਤਾ ਸੀ ਪਿਛਲੀ ਵਾਰ ਕਿ ਜੀ ਹਾਂ ਫਰੀ ਹੋਲਡ ਵੀ ਹੋ ਗਿਆ ਤੁਹਾਡੇ ਬਾਇਲੇਸ਼ਨ ਵੀ ਠੀਕ ਹੋ ਗਈਆਂ ਠੀਕ ਹੈ ਲੇਕਿਨ ਉਸ ਤੋਂ ਹੁੰਦਾ ਕੁਝ ਨਹੀਂ ਹੈ ਇਹੀ कूੜੇ ਦੇ ਪਹਾੜ ਦਾ ਕਹਾਣੀ ਹੈ कूੜੇ ਦਾ ਪਹਾੜ ਪਿਛਲੇ ਸਾਲਾਂ ਤੋਂ ਕਿੰਨੇ ਸਾਲਾਂ ਤੋਂ ਪਹਾੜੇ ਵੱਧੇ ਜਾ ਰਹੇ ਕਟਿਆ ਨਹੀਂ ਜਿਸ ਦਿਨੇ ਜੀਪੀ ਪਲੈਂਟ ਨੂੰ ਟੇਕਓਵਰ ਕੀ ਤਸਵੀਰ ਤੁਹਾਨੂੰ ਯਾਦ ਹੋਊਗਾ ਮੈਂ ਅਖਬਾਰ 'ਚ ਸਟੇਟਮੈਂਟ ਦਿੱਤੀ ਸੀ ਕਿ ਜੇ ਮਿਨਿਸਪਲ ਕਾਰਪੋਰੇਸ਼ਨ ਇਸ ਪਲੈਂਟ ਨੂੰ 1 ਸਾਲ ਵੀ ਚਲਾ ਲੇ ਤਾਂ ਮੈਂ ਗੱਲ ਆਪਣਾ ਕਟਵਾ ਲੂੰਗਾ ਜੀ ਔਰ ਉਹ 1 ਮਹੀਨਾ ਵੀ ਨਹੀਂ ਚੱਲਿਆ ਜੀ ਬਿਆਸੀਕ ਉਹਨਾਂ ਦੇ EMPLOYEES ਸੇ ਉਹ ਵੀ ਇਹਨਾਂ ਦੇ ਸਿਰ ਤੇ ਪੈ ਗਏ ਬਿਜਲੀ ਪਾਣੀ ਦਾ 2.5 ਲੱਖ ਰੁਪਏ ਦਾ ਮਹੀਨੇ ਦਾ ਖਰਚਾ ਵੀ ਇਹਨੇ ਲੈ ਲੇ ਤੇ ਉਹ ਪਲਾਂਟ ਇੱਕ ਦਿਨ ਢੰਗ ਨਾਲ ਨਹੀਂ ਚੱਲਿਆ ਕਮ ਸਾਰ ਜੇਪੀ ਵਾਲੇ 100 150 200 ਟਨ ਕੁਛ ਨਾ ਕੁਛ ਪ੍ਰੋਸੈਸ ਕਰ ਰਹੇ ਸੀ ਉਹਨਾਂ ਨੇ ਇੱਕੋ ਹੀ ਮੰਗ ਸੀਗੀ ਕਿ ਸਾਨੂੰ ਟਿਪਿੰਗ ਚਾਰਜ ਦੇ ਦਿਓ ਬਿਲਕੁਲ ਟਿਪਿੰਗ ਚਾਰਜ 4-5 ਕਰੋੜ ਰੁਪਏ ਸਾਲ ਦਾ ਖਰਚਾ ਸੀਗਾ ਉਹ ਵੀ ਕਹਿੰਦੇ ਉਹਨਾਂ ਦੇ ਆਫਟਰ ਇਹਨੂੰ ਜਿਹੜਾ ਕੂੜਾ ਹੈਗਾ ਉਹਨੂੰ ਉਠਾ ਕੇ ਇੱਧਰ ਕਰਨਾ ਸੀਗਾ ਉਹ ਇਹਨਾਂ ਨੇ ਮਨਾ ਕਰਤਾ ਹੁਣ ਜਿਹੜਾ ਨਵਾਂ ਸਕੀਮ ਹੈਗੀ ਨਵੀਂ ਸਕੀਮ ਚ ਟਿਪਿੰਗ ਚਾਰਜ ਜੀ ਫੇਰ ਦੇ ਰਹੇ ਨੇ ਜੇ ਟਿਪਿੰਗ ਚਾਰਜਸ ਦੇਣੇ ਸੀਗੇ ਫਿਰ ਜੇਪੀ ਨੂੰ ਕਿਉਂ ਨਹੀਂ ਦਿੱਤੇ ਬਿਲਕੁਲ ਠੀਕ ਹੈ ਠੀਕ ਹੈ ਉਹ ਉਹਨਾਂ ਨੇ 1 ਰੁਪਿਆ ਨਹੀਂ ਲੈ ਰਹੇ ਸੀ ਜੇਪੀ ਇਹਨਾਂ ਕੋਲ ਫ੍ਰੀ ਚ ਕਰ ਰਹੇ ਸੀਗਾ ਸਿਰਫ 1 ਰੁਪਏ ਤੇ ਜ਼ਮੀਨ ਲਈ ਹੋਈ ਸੀਗੀ ਤੇ ਸਾਰਾ ਪਲਾਂਟ 300 400 ਟਨ ਦਾ ਜੋ ਵੀ ਸੀਗਾ ਉਹ ਉਹਨਾਂ ਨੇ ਰੈਨੋਵੇਟ ਵੀ ਆਪਣੇ ਕਰਨਾ ਸੀ ਸਭ ਕੁਝ ਕਰਨਾ ਸੀ ਲੇਕਿਨ ਐਮਸੀ ਨੂੰ ਜਾਂ ਬੀਜੇਪੀ ਨੂੰ ਉਹ ਰਾਸ ਨਹੀਂ ਆਏ ਕਿਉਂਕਿ ਉਹਨਾਂ ਕੋਲ ਕੋਈ ਕਮਾਈ ਨਹੀਂ ਹੋ ਰਹੀ ਸੀਗੀ ਜੀ ਠੀਕ ਹੈ ਨਾ ਹੁਣੇ 3-400 500 ਕਰੋੜ ਦਾ ਖਰਚਾ ਜਿਹੜਾ ਹੈਗਾ ਇਹ ਬিনা ਮਤਲਬ ਤੋਂ ਪੈ ਰਿਹਾ ਹੈ ਸਾਡੇ ਕਹਿੰਦੇ ਕਿ ਜਿਹੜਾ ਦੋ ਤਰ੍ਹਾਂ ਦੀ ਵੇਸਟ ਹੈ ਤੁਸੀਂ ਖੁਦ ਹੀ ਜਾਣਦੇ ਹੋ ਇੱਕ ਡਰਾਈ ਵੇਸਟ ਹੁੰਦੀ ਹੈ ਇੱਕ ਹੁੰਦੀ ਬੈਟ ਵੇਸਟ ਬਿਲਕੁਲ ਡਰਾਈ ਵੇਸਟ ਹੈ ਕਿ ਸੇਲੇਵਲ ਹੁੰਦੀ ਹੈ ਰੀਸਾਈਕਲੇਬਲ ਹੁੰਦੀ ਹੈ ਸੇਲ ਹੁੰਦੇ ਜਿਹੜੇ ਆਪਣੇ ਜਿਸ ਤੋਂ ਕਮਾਈ ਕੀਤੀ ਜਾ ਸਕਦੀ ਹੈ ਜਿਹੜੇ ਕਬਾੜੀ ਹੁੰਦੇ ਜਾਂ ਜਿਹੜੇ ਰੈਗ ਪਿਕਰ ਜਿਹੜੇ ਉਹ ਤਾਂ ਚਾਹੇ ਕਾਗਜ਼ ਹੈ ਚਾਹੇ ਪਲਾਸਟਿਕ ਹੈ ਚਾਹੇ ਬੋਟਲ ਹੈ ਚਾਹੇ ਸ਼ੀਸ਼ਾ ਹੈ ਹਰ ਇੱਕ ਜਿਹੋ ਜਿਹਾ ਚਾੜੀ ਕੋ ਵੇਚ ਲੈਂਦੇ ਨੇ ਕੋਈ 2 ਰੁਪਏ ਕਿਲੋ ਵਿਕਦੇ ਕੋਈ 5 ਰੁਪਏ ਕਿਲੋ ਵਿਕਦੇ ਕੋਈ 10 ਰੁਪਏ ਕਿਲੋ ਬਿਲਕੁਲ ਠੀਕ ਉਸ ਤੋਂ ਬਾਅਦ ਰਹਿ ਜਾਂਦਾ ਕਿਚਨ ਵੇਸਟ ਹ ਕਿਚਨ ਔਰ ਗਾਰਡਨ ਵੇਸ ਹਾਂ ਗਾਰਡਨ ਵੇਸ ਇੱਕ ਗੋਲਡ ਮਾਈਨ ਹੈ ਇਹਦੇ ਚ ਇਹ ਇਹਦਾ ਉਲਟਾ ਪੈਸਾ ਲੈਣਾ ਚਾਹੁੰਦਾ ਹੈ ਦੇਣ ਦੀ بجائے ਮੇਰੇ ਘਰ ਚ ਤੁਸੀਂ ਆ ਕੇ ਦੇਖ ਲਓ ਮੈਨੇ ਆਪਣੇ ਘਰ ਚ ਇੱਕ 100 ਲੀਟਰ ਦਾ ਡਰਮ ਰੱਖਿਆ ਹੋਇਆ ਹੈ ਪਲਾਸਟਿਕ ਦਾ ਠੀਕ ਹੈ ਤੇ ਉਹਦੇ ਚੋਂ ਛੇਦ ਹੁੰਦੇ ਨੇ ਚਾਰੋਂ ਤਰਫ ਤੋਂ ਉਹਦੇ ਚ ਮੈਂ ਆਪਣਾ ਮੇਰਾ ਖਲੋ ਇੱਕ ਸਾਲ ਚ ਪੂਰਾ ਭਰਦਾ ਨਹੀਂ ਹੈਗਾ ਜੀ ਠੀਕ ਹੈ ਸਿਰ 3-4 ਲੋ ਖਰਚੇਗੇ ਤੇ ਲੇਕਿਨ 1 ਸਾਲ ਚ 100 ਲੀਟਰ ਦਾ ਡਰਮ ਨਹੀਂ ਪੜਦਾ ਆਪਣੇ ਆਪ ਉਹਦੇ ਚ ਕੰਪਰੈਸ ਹੋ ਜਾਂਦਾ ਬਲਕਿ ਉਹਦੇ ਜਿਹੜਾ ਲਿਕਵਿਡ ਨਿਕਲਦਾ ਹੈ ਉਹ ਫਰਸ਼ਤ ਹੁੰਦੇ ਆ ਬਾਇਓ ਫਰਟੀਲਾਈਜ਼ਰ ਦਾ ਕੰਮ ਆਉਂਦਾ ਜੀ ਮੇਰਾ ਇਹ ਕਹਿਣਾ ਹੈ ਕਿ ਜੇ ਕੋ ਤੁਹਾਡੇ ਕੋਲ ਹਰ ਸੈਕਟਰ ਦੇ ਵਿੱਚ ਆਲਮੋਸਟ ਸਹਾਇ ਸਵਾਇ ਕੇਂਦਰ ਹੈਗੇ ਸੀਗੇ ਉੱਥੇ ਤੁਸੀਂ ਕਿਚਨ ਵੇਸ ਜਿਹੜੀ ਕਿਚਨ ਵੇਸ ਦੀ ਗੱਲ ਕਰਾਂ ਕਿਚਨ ਵੇਸ ਜਿਹੜੀ ਹੈ ਉਹਦੇ ਤੁਸੀਂ ਪ੍ਰੋਸੈਸਿੰਗ ਉੱਥੇ ਕਰੋ ਇਹਦੇ ਚ 80% ਹੁੰਦਾ ਪਾਣੀ ਜੀ ਜੇ ਤੁਸੀਂ ਕਹਿੰਦੇ 270 ਟਨ ਸਾਡਾ ਸ਼ਹਿਰ ਦਾ ਪੁਰਾਣਾ 300 ਟਨ ਨਿਕਲਦੇ 300 ਟਨ ਚੋਂ 200 ਟਨ ਜਿਹੜਾ ਹੁੰਦਾ ਪਾਣੀ ਹੁੰਦਾ ਜੀ ਜੇ ਤੁਸੀਂ ਸੈਕਟਰ ਵਾਈਜ਼ ਹੀ ਪ੍ਰੋਸੈਸ ਕਰ ਲੈਂਦੇ ਉਹਨੂੰ ਇੱਕ ਤਾਂ ਦੇਖੋ ਤੁਸੀਂ 500 ਗੱਡੀਆਂ ਲਗਾ ਰੱਖੀਆਂ ਨੇ ਹੂੰ 500 ਗੱਡੀਆਂ ਦਾ ਪੋਲੂਸ਼ਨ ਵੀ ਹੋ ਰਹੀ ਹੈ 1100 EMPLOYE ਵੀ ਹੈਗੇ ਠੀਕ ਹੈ ਹੁਣ ਤੁਸੀਂ 28 ਸੈਕਟਰ ਤੋਂ ਜਾਂ 47 ਸੈਕਟਰ ਤੋਂ ਜਾਂ ਮਨੀ ਮੈਜਰ ਤੋਂ ਕੂੜਾ ਗਿੱਲਾ ਕੂੜਾ ਚੱਕ ਕੇ ਡੱਡੂ ਮੈਜਰ ਲੈ ਕੇ ਜਾਂਦੇ ਕਿੰਨਾ ਉਹਦਾ ਖਰਚਾ ਪੈਂਦਾ ਹੈ ਪਹਿਲੇ ਕਲੈਕਸ਼ਨ ਦਾ ਫਿਰ ਉੱਥੇ ਲੈ ਕੇ ਜਾਂਦਾ ਫਿਰ ਉਹਨੂੰ ਉੱਥੇ ਪ੍ਰੋਸੈਸ ਕਰਦਾ ਜੇ ਇਹੋ ਚੀਜ਼ ਨੂੰ ਸੈਕਟਰ ਵਾਈਜ਼ ਪ੍ਰੋਸੈਸ ਕਰوں ਸੈਕਟਰੇ ਛੋਟੇ ਛੋਟੇ ਪਲਾਂਟ ਲਗਾ ਦੋ 4 ਟਨ ਦਾ 3 ਟਨ ਦਾ ਤੇ ਉਹ ਉਹ ਕੁਛ ਲੱਖ ਰੁਪਏ ਦੇ ਲੱਗ ਜਾਂਦਾ ਪਲੈਂਟ ਤੁਸੀਂ ਇਹ ਦੇਖੋ 32 ਸੈਕਟਰ ਮੈਡੀਕਲ ਕਾਲਜ ਲੱਗਿਆ ਬੜਾ ਅੱਛਾ ਮੈਂ ਦੇਖ ਕੇ ਐਸੇ ਔੜਾ ਅੱਛਾ ਚੱਲ ਰਹੇ ਹੈ 11 ਸੈਕਟਰ ਕਾਰਮੈਂਟ ਕਾਲਜ ਵੀ ਲੱਗਿਆ ਹੋਇਆ ਗਰਕ ਸਾਹਿਬ ਮੈਂ ਸੋਚ ਵਿੱਚ ਰਿਜ਼ਰਵ ਰਖ ਰਿਹਾ ਐਕਚੁਅਲ ਵਿੱਚ ਕੀ ਹੈ ਮੇਰਾ ਕੁਐਸਚਨ ਸਿੰਪਲ ਹੈ ਜਿਹੜੀ ਰੂਲਿੰਗ ਪਾਰਟੀ ਹੈ ਇਸ ਸਮੇਂ ਬੀਜੇਪੀ ਬੀਜੇਪੀ ਇੱਕ ਪਲੈਂਟ ਲਗਾਉਣਾ ਚਾਹੁੰਦੀ ਆ ਕੂੜੇ ਦਾ ਪਾੜ ਹਟਾਣਾ ਚਾਹੁੰਦੀ ਆ ਉਹਨਾਂ ਨੇ ਕੌਂਸਲਰਸ ਦੀ ਵਿਜਿਟ ਕਰਾਈ ਆ ਗੋਆ ਦੀ ਪਰ ਆਮ ਆਦੀ ਪਾਰਟੀ ਉਸ ਦਾ ਵਿਰੋਧ ਕਿਉਂ ਕਰ ਰਹੀ ਹੈ ਮੇਰਾ ਤਾਂ ਕੁਐਸਚਨ ਸਿੰ ਇਹ ਬੜਾ ਇੱਕ ਮਜ਼ਾਕ ਵਾਲੀ ਗੱਲ ਹੈ ਲੜਕੇ ਦੇ ਬਾਪ ਨੇ ਦੇਹਜ ਫਿਕਸ ਕਰ ਲਿਆ ਲੜਕੀ ਫਿਕਸ ਕਰ ਲਈ ਬਿਲਕੁਲ ਬਾਅਦ ਚ ਲੜਕੇ ਨੂੰ ਕਹਿੰਦੇ ਜਾ ਵੀ ਤੂੰ ਕੁੜੀ ਦੇਖਿਆ ਉਹ ਕਹਿੰਦੇ ਤੁਸੀਂ ਫਿਕਸ ਤਾਂ ਕਰ ਰੱਖਿਆ ਪਹਿਲੇ ਮੈਂ ਕੁੜੀ ਦੇਖ ਕੇ ਕੀ ਕਰਨੀ ਹੈ ਉਹ ਵਾਲੀ ਗੱਲ ਹੈ ਇਹਨਾਂ ਨੇ ਪਲਾਂਟ ਦਾ ਫਿਟ ਫਿਕਸ ਕਰ ਰੱਖਿਆ ਖਰੀਦਣ ਦਾ ਫਿਕਸ ਕਰ ਰੱਖਿਆ ਅੰਦਰ ਖਾਤੇ ਕੰਪਨੀ ਵੀ ਫਿਕਸ ਕਰ ਰੱਖੀ ਹੈ ਹੁਣ ਉਹ ਕਹਿੰਦੇ ਪ੍ਰੈਜੈਂਟੇਸ਼ਨ ਦੇਖ ਲਓ ਤੁਸੀਂ ਗੋਆ ਜਾਇਓ ਗੋਆ ਜਾ ਕੇ ਕੀ ਜੇ ਪਾਰਸ਼ਦ ਨਾ ਕਰਨਗੇ ਕਿ ਇਹ ਪਲਾਂਟ ਨਹੀਂ ਲਗਾਣਗੇ ਮੈਨੂੰ ਦੱਸੋ ਨਹੀਂ ਫਿਰ ਆਮ ਆਦਮੀ ਪਾਰਟੀ ਵਿਰੋਧ ਕਿਉਂ ਕਰ ਰਹੀ ਹੈ ਸਾਡੇ ਕਹਿੰਦੇ ਪਲਾਂਟ ਤਾਂ ਲੱਗਣੇ ਲੱਗਣਾ ਹੈ ਔਰ ਲੱਗਣੇ ਵੀ ਡੱਡੂ ਮਜ਼ਦਰਾ ਹੈ ਫਿਰ ਤੁਸੀਂ ਦਿਖਾ ਕੇ ਕੀ ਕਰਨਾ ਹੈ ਕਿਹਨੂੰ ਕਨਵਿੰਸ ਕਰ ਰਹੇ ਹੋ ਨਹੀਂ ਫਿਰ ਤਾਂ ਆਮ ਆਦਮੀ ਪਾਰਟੀ ਨੂੰ ਵੀ ਹਾਂ ਕਰ ਦੇਣੀ ਚਾਹੀਦੀ ਜਦੋਂ ਲੱਗਣਾ ਹੀ ਹੈ ਆਮ ਆਦਮੀ ਦਾ ਵਿਰੋਧ ਕਿਉਂ ਫਿਰ ਵਿਰੋਧ ਵਿਰੋਧ ਦਾ ਤਾਂ ਕੋਈ ਮਤਲਬ ਨਹੀਂ ਰਹਿ ਗਿਆ ਨਾ ਤੁਸੀਂ ਤੁਸੀਂ ਵਹੀ ਮੈਂ ਨੇ ਕਹਣਾ ਤੁਸੀਂ ਲੜਕੀ ਪਸੰਦ ਕਰ ਲਈ ਡੌਰੀ ਡੌਰੀ ਦੇ ਲਾਲਚ ਚ ਸਾਡੇ ਇੱਕ ਦੋਸਤ ਦੇ ਬੇਟੇ ਦੀ ਸ਼ਾਦੀ ਉਹਨੇ ਕਿਹਾ ਕਿ ਜੀ ਬਾਪੂ ਇਹ ਤਾਂ ਲੜਕੀ ਕਾਲੀ ਹੈ ਕਹਿੰਦਾ ਬੇਟਾ ਦੇਖ ਲੈ ਕਾਰ ਬਿਲਕੁਲ ਸਫੇਦ ਹੈ ਹੂੰ ਉਕੇ ਨੇ ਇਹਦੇ ਅੱਖ ਥੋੜੀ ਉਹ ਕਰ ਖਰਾਬ ਹੈ ਕਹਿੰਦਾ ਗੱਡੀ ਦਾ 6 ਲੱਟਣ ਹੈ ਹੂੰ ਉਹ ਵਾਲੀ ਗੱਲ ਹੈ ਤੇ ਇਹਨਾਂ ਨੇ ਦਹੇਜ ਵੀ ਫਿਕਸ ਕਰ ਲਿਆ ਲੜਕੀ ਫਿਕਸ ਤੇ ਹੁਣ ਇਹ ਸਾਨੂੰ ਕਹਿੰਦੇ ਤੁਸੀਂ ਹਾਂ ਕਰ ਦਿਓ ਹੂੰ ਤੇ ਅਸੀਂ ਹਾਂ ਕਿਵੇਂ ਕਰਦੇ ਜੇ ਜ਼ਬਰਦਸਤ ਜਬਰਦਸਤੀ ਕਰੇ ਮੇਰੀ ਗੱਲ ਤਾਂ ਸੁਣੋ ਜੇ ਦੀ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ ਕਿ ਇਹ ਪਲਾਂਟ ਨਹੀਂ ਲੱਗੇਗਾ ਗੱਲ ਹੋਈ ਨਾ ਅਸੀਂ ਤਾਂ ਵਿਰੋਧ ਹੀ ਕਰ ਸਕਦੇ ਹਾਂ ਵਿਰੋਧੀ ਪਾਰਟੀ ਤਾਂ ਵਿਰੋਧ ਹੀ ਕਰ ਸਕਦੀ ਹੈ ਤੁਸੀਂ ਜੇ ਜੇ ਭਾਜੀਪੀ ਨੇ ਸੋਚ ਲਿਆ ਕਿ ਅਸੀਂ ਇਹ ਖਰਚਾ ਬੈਸਟ ਕਰਨਾ ਹੀ ਹੈ ਉਹਨਾਂ ਨੇ ਕਰਨਾ ਹੈ ਉਨਨ ਕੋ ਰੋਕ ਨਹੀਂ ਲੇਕਿਨ ਇੱਕ ਆਪੋਜੀਸ਼ਨ ਦਾ ਇੱਕ ਕਿਦਾਂ ਹੋਇਆ ਸਰ ਵੇਸਟ ਕਿਦਾਂ ਹੋਇਆ ਜਦੋਂ ਕੂੜੇ ਦਾ ਪਹਾੜ ਜਦੋਂ ਉਹ ਖਤਮ ਕਰਨਾ ਚਾਹੁੰਦੇ ਆ ਜਿਹੜੇ ਆਏ ਸਾਲ ਮੁੱਦਾ ਸੀਗਾ ਉਸ ਦੇ ਲਈ ਪਲਾਂਟ ਲੱਗ ਰਿਹਾ ਪਹਿਲਾਂ ਜੋ ਇਹਨੇ 33 ਕਰੋੜ ਦਾ ਠੇਕਾ ਦਿੱਤਾ ਸੀ ਲੇਗੇਸੀ ਵੇਸਟ ਕਰਨ ਦਾ ਕੀ ਉਹ ਖਤਮ ਹੋ ਗਈ ਉਹ ਤੋਂ ਫਿਰ 60 70 ਕਰੋੜ ਦਾ ਹੋਰ ਦਿੱਤਾ ਠੀਕ ਹੈ ਨਾ ਤੇ ਪਹਾੜ ਵੱਧ ਰਿਹਾ ਨਾ ਘਟਿਆ ਤਾਂ ਨਹੀਂ ਨਾ ਉਹ ਕੀ ਕਰਦੇ ਇਧਰੋਂ ਉਠਾ ਦਿੰਦੇ ਨੇ ਤੇ ਦੂਜੀ ਤਰਫ ਡਾਲੀ ਜਾ ਰਹੇ ਨੇ ਜੇ ਬਾਇਓਸੋਇਲ बिक ਰਹੀ ਹੈ ਬਾਇਓਸੋਇਲ ਦਾ ਕੀ ਕਰਨੇ ਕੁਐਸਨ ਦਸ ਪੁੱਛਿਆ ਕਿ ਕਿੰਨੇ ਟਰੱਕ ਨਿਕਲਨੇ ਕਿੱਥੇ ਜਾ ਰਹੇ ਨੇ ਜੇ ਬਾਇਓਸੋਇਲ ਕੰਮ ਕਮ ਦੀ ਚੀਜ਼ ਹੈ ਤਾਂ ਉਹਨੂੰ ਵੇਚਦੇ ਕਿਉਂ ਨਹੀਂ 1 ਰੁਪਿਆ ਕਿਲੋ ਪਹਿਲਾਂ ਜੇਪੀ ਪਲਾਂਟ ਤੋਂ ਕ੍ਰਿਬ ਕੋ ਲਿੰਦੇ ਸੀ 1 ਰੁਪਿਆ ਕਿਲੋ ਲੈਂਦੇ ਸੀ ਠੀਕ ਹੈ ਨਾ ਤੇ ਇਹਦਾ ਮਤਲਬ ਜੇ 5 ਲੱਖ ਟਨ ਹੈਗਾ ਤਾਂ 5 ਲੱਖ ਟਨ ਨੂੰ 1 ਰੁਪਿਆ ਕਿਲੋ ਤੇ ਤੁਸੀਂ ਵੇਚੋ ਕਿੰਨੇ ਰੁਪਏ ਹੋਣੇ ਚਾਹੁੰਦੇ ਬਾਇਓਸੋਇਲ ਤਾਂ ਫਰਟੀਲਿਟੀ 골ਡ ਬਲੈਕ 골ਡ ਹੈ ਉਹ ਤਾਂ ਫਰਟੀਲਾਈਜ਼ਰ ਹੈ ਨਾ ਤੇ ਫਰਟਲ ਤੁਸੀਂ ਇਹਨਾਂ ਨੂੰ ਮੈਨੂੰ ਇਹ ਦੱਸੋ ਇਹਨਾਂ ਨੇ ਅੱਜ ਤੱਕ ਉਹ ਲੈਬ ਟੈਸਟ ਕਰਾਇਆ ਹੈ पिछले साल दो महीने पहले छे महीने पहले साल पहले लैब टेस्ट करा के देखो जो, जो की की टौक्सिन है कि कंटेंट की है यह कहते हैं टॉक्सन है टॉक्सिन किस चीज़ की टॉक्सिन है आफ्टरऑल कितना कितना डाल रहे हैं हूँ भी तो लैंडफिल कर रहे हैं कितना कितना यूज हो रही है वो कितने यूज हो रही है, ते जो उदी है तो जो उसकी यूटिलिटी है तो तुम पाओ पाओनों लोगों ने उत्तर एक, एक बोर्ड लगा दो लै जाओ बहुत लोग वैसे लै जाएंगे फ्रिज ਅੱਛਾ ਸਰ ਜਿੱਦਾਂ ਤੁਸੀਂ ਕਿਹਾ ਵੀ ਇਹ 골ਡ ਮਾਈਨ ਹੈ ਜਿਹੜੀਆਂ ਚੀਜ਼ਾਂ ਨਿਕਲਣ ਵਾਲੀਆਂ ਉਹ ਸਾਰੀਆਂ ਵੇਚਣ ਵਾਲੀਆਂ ਚੀਜ਼ਾਂ ਉਸ ਤੋਂ ਬਾਅਦ ਜਿਹੜਾ ਗਿੱਲਾ ਕੂੜਾ ਉਹ ਵੀ ਕਿਹ ਕਹਿੰਦੇ ਉਸ ਚ ਚੀਜ਼ ਵੈਲਿਊਬਲ ਹੈ ਤੇ ਫਿਰ ਇਹ ਦੂਜੇ ਪਾਸੇ ਲੋਕਾਂ ਤੋਂ ਚਾਰਜ ਲਿੱਤੇ ਜਾ ਰਹੇ ਮੈਂ ਵੀ ਉਸ ਚਾਰਜ ਦਾ ਮੈਂ 250 ਰੁਪਿਆ ਪਰ ਮਹੀਨੇ ਸਿਰਫ ਕੂੜਾ ਚੱਕਣ ਦੇ ਦੇ ਰਿਹਾ ਉਸ ਤੋਂ ਬਾਅਦ ਕਾਰਪੋਰੇਸ਼ਨ ਕਈ ਸੌ ਕਰੋੜ ਰੁਪਏ ਦੇ ਪਲਾਟ ਲਗਾ ਰਹੀ ਹੈ ਫਿਰ ਕੀ ਕਹਾਣੀ ਕੀ ਹੈ ਬੇਮਤਲਬ ਬੇਸਿਰਫਰ ਦੀ ਖਰਚਾ ਇਹ ਦਾ ਬੇਸਿਕਲੀ ਕੀ ਹੈ ਮੇਰੇ ਮਦਦਕੀ बड़ा सिंपल जो सोल्यूशन ये देखो कंपोस्ट जो है कंपोस्ट बड़े कम की चीज है चाहे वो एग्री हॉर्टीकल्चर की वेस्ट हो चाहे वे, होवे मैनुअल ਇਹ ਜਿਹੜਾ ਰੈਜੀਡੈਂਸ਼ੀਅਲ ਕਿਚਨ ਵੇਸਟ ਇਹ ਦੋਨੋਂ ਕੰਮ ਦੀ ਚੀਜ਼ ਹੈ ਔਰ ਖਾਦ ਦੇ ਕੰਮ ਦੇ ਨੇਚਰਲ ਪ੍ਰੋਸੈਸ ਹੈ ਨਾ ਇਕੋ ਸਿਸਟਮ ਦੇ ਵਿੱਚ ਇਕੋ ਸਿਸਟਮ ਨਾਲ ਹੀ ਚੱਲਣਾ ਚਾਹੁੰਦਾ ਹੈ ਬਿਲਕੁਲ ਤੁਸੀਂ ਇੱਕ ਦਰ ਚਲੋ ਕਿਸੇ ਪਿੰਡ ਵਿੱਚ ਤੁਸੀਂ ਇਹ ਪਲਾਂਟ ਦੇਖਿਆ ਪਿੰਡਾਂ ਚ ਪਹਿਲੇ ਕਿਹਦੇ ਢੇਡ ਲਗਾਈ ਜਾਂਦਾ ਉਹਦੇ ਆਪਣਾ ਰੂੜੀਆਂ ਬਣੀ ਜਾਂਦੀਆਂ ਸੀ ਕਿ ਤੇ ਉਹਨੂੰ ਆਪਣਾ ਯੂਜ਼ ਕਰਦੇ ਸੀਗੇ ਕਿਸੇ ਛੋਟੇ ਟਾਊਨ ਚ ਪਿੰਡ ਤੁਸੀਂ ਬਾਹਰ ਦੇਖਿਆ ਪਹਿਲੇ ਨਹੀਂ ਹੁੰਦੇ ਨਹੀਂ ਹੁੰਦੇ ਸੀ ਨਾ ਕਿਉਂਕਿ ਇਹਨੂੰ ਤੁਸੀਂ ਵੈਸੇ ਇੱਕ ਪਿੱਟ ਪੱਟ ਕੇ ਉਹਦੇ ਵਿੱਚ ਪਾ ਦਿਓ ਤਾਂ 6 ਮਹੀਨੇ ਉਹਦਾ ਖਾਦ ਬਣ ਜਾਂਦੀ ਹੈ ਹਾਂਜੀ ਤੇ ਇਹਦੇ ਵਿੱਚ ਬੇਸਿਕਲੀ ਦੇਖੋ ਇਹ ਤਾਂ ਸ ਸਾਰੇ ਬਿਲਕੁਲ ਬੰਦ ਹੋ ਜਾਣਗੇ ਤਾਂ ਇਸ ਸੈਕਟਰ ਵਾਈਜ਼ ਜਾਂ ਸਬ ਸੈਕਟਰ ਵਾਈਜ਼ ਜਾਂ ਇੰਸਟੀਚਿਊਸ਼ਨਲ ਵਾਈ ਕਾਲਜ ਦੀ ਕਾਲਜ ਪੀਜੀ ਦਾ ਪੀਜੀ ਚ ਸਰਕਲ ਇੰਸਟੀਚਿਊਸ਼ਨ ਤੁਸੀਂ ਇਹ ਪਲਾਂਟ ਲਗਾਓ ਮਿੰਨੀ ਪਲਾਂਟ ਮਿੰਨੀ ਪਲਾਂਟ ਬੜੇ ਆਰਾਮ ਨਾਲ ਮਿਲ ਰਹੇ ਨੇ ਤੈਉ ਤੁਸੀਂ ਲਗਾ ਕੇ ਉਹਦੇ ਚਿਪ ਕੰਪੋਸਟ ਬਣਾਓ ਡੇਲੀ ਦਾ ਡੇਲੀ ਕੰਪੋਸਟ ਬਣਦੀ ਹੈ ਤੇ ਉਹਨੂੰ ਤੁਸੀਂ ਵੇਚੋ ਜਾਂ ਤੁਸੀਂ ਆਪਣੇ ਗਾਰਡਨ ਚ ਜਾਂ ਪਾਰਕਾਂ ਚ ਯੂਜ਼ ਕਰੋ ਦੈਟਸ ਦੈਟ ਇਜ਼ ਓਨਲੀ ਸੋਲੂਸ਼ਨ ਜੇ ਤੁਸੀਂ ਇੱਕੋ ਜਗ੍ਹਾ ਤੇ ਦੂਜੇ ਕੱਲੇ ਵਿੱਚ ਅਖਬਾਰ ਚ ਪੜ੍ਹਦੇ ਹੋ ਕਿ 49 ਸੈਕਟਰ 400 ਸੈਟਨ ਨੇ ਓਬਜੈਕਸ਼ਨ ਕੀਤੀ ਕਿ ਤੁਸੀਂ ਸਾਡੀ ਸੁਸਾਇਟੀ ਦੇ ਪਾਸ ਪਲਾਂਟਰ ਨਾ ਲਗਾਓ ਸਾਨੂੰ ਬੋਅ ਆਊਗੀ ਜੇ ਤੁਹਾਡੇ ਘਰ ਦੇ ਤਾਂ ਅੱਗੇ ਬੋਅ ਆਉਂਦੇ ਤੇ ਡੱਡੂ ਮਾਜਰਾ ਵਾਲਿਆਂ ਦੇ ਬਿਚਾਰਿਆਂ ਦੇ 400 ਟਨ ਦਾ ਤੁਸੀਂ ਪਲਾਂਟਰ ਲਗਾਓ ਉੱਥੇ ਨਹੀਂ ਬੋਅ ਆਊਗੀ ਅਸ ਚਲੋ ਮੈਂ ਇਸ ਦੇ ਕਨਕਲੂਜਨ ਤੇ ਆਣਾ ਹੈ ਜੇ ਜਦੀ ਆਮ ਆਦਮੀ ਪਾਰਟੀ ਕੱਲ ਸੱਤਾ ਚ ਆਂਦੀ ਹੈ ਤਾਪਾ ਇਹ ਮੰਨ ਕੇ ਚੱਲੀਏ ਵੀ ਉਹ ਇੰਸਟੀਟਿਊਟ ਵਾਈਜ਼ ਜਿਹੜਾ ਉਹ ਛੋਟੇ ਛੋਟੇ ਪਲਾਂਟ ਲਗਾਏਗੀ ਐਂਜੀਟੀ ਨੇ ਵੀ ਇਹ ਕਿਹਾ ਕਿ ਡੀਸੈਂਟਰਲਾਈਜ਼ ਹੋਣਾ ਚਾਹੀਦਾ ਐਂਜੀਟੀ ਦਾ ਤੁਸੀਂ ਰਿਪੋਰਟ ਪੜ੍ਹ ਲਓ ਡੀਸੈਂਟਰਲਾਈਜ਼ ਹੋਣਾ ਚਾਹੀਦਾ ਔਰ ਇਹ ਪ੍ਰੋਸੈਸ ਕਿਉਂਕਿ ਤੁਸੀਂ ਇਹ ਸਮਝੋ ਛੋਟੇ ਛੋਟੇ ਪਿੰਡ ਆ ਆਪਣੇ ਪਿੰਡਾਂ 'ਚ ਹੁਣ ਪਿੰਡਾਂ 'ਚ ਜਿਹੜਾ ਤੁਸੀਂ ਚੱਕਦੇ 13 ਪਿੰਡ ਸੀਗੇ ਉੱਥੇ ਪ੍ਰੋਸੈਸ ਉੱਥੇ ਲੋਕਲ 'ਚ ਹੁੰਦਾ ਸੀ ਨਾ ਤੇ ਤੁਸੀਂ ਹਰ ਸੈਕਟਰ ਵਾਈਜ਼ ਛੋਟੇ ਮਿੰਨੀ ਪਲਾਂਟ ਲਗਾ ਦਿਓ ਉਹਦੇ 'ਚ ਜਿਹੜਾ ਹੈਗਾ ਕਰੇ ਬਾਕੀ ਲੋਕਾਂ ਨੂੰ ਤੁਸੀਂ ਇਹ ਕਰੋ ਅਵੇਅਰ ਕਰੋ ਕਿ ਲੋਕ ਆਪਣੇ ਕਰਨ ਜਿਵੇਂ ਕੋਠੇ ਜਿਹਨ ਸਿਸਟਮ ਕਰ ਰੱਖਿਆ ਤੁਸੀਂ ਰੇਨ ਹਾਰਵੈਸਟਿੰਗ ਕੰਪਲਸਰੀ ਕੀਤੀ ਹੋਏ ਤੇ ਇਸ ਇਹ ਵੀ ਚੀਜ਼ ਤੁਸੀਂ ਕੰਪਲਸਰੀ ਕਰੋ ਆਪਣੇ ਆਪਣੇ ਜਿਹੜਾ ਹੈਗਾ ਤੁਸੀਂ ਕੋੜਾ ਆਪਣੇ ਆਪ ਕਰੋ ਹਾਂ ਉਹਦੇ ਇੱਕ ਇਨਸੈਂਟਿਵ ਦੇ ਦੋ ਇਹਦੇ ਵਿੱਚ ਕਿ ਜੇ ਤੁਹਾਡੇ ਕੋਲ ਡਿਸਕਸਨ ਬੇਸ ਨਹੀਂ ਦਿੰਦੇ ਤਾਂ ਤੁਹਾਨੂੰ ਕੋਈ ਜਿਹੜਾ ਹੈਗਾ ਗਾਰਬੇਜ ਕਲੈਕਸ਼ਨ ਚਾਰਜ ਨਹੀਂ ਪੈਣਗੇ ਉਹਦੇ ਨਾਲ ਕਹਿ ਕੇ ਜੇ ਤੁਸੀਂ ਜਿਵੇਂ ਤੁਸੀਂ ਕਹਿੰਦਾ 750 ਰੁਪਏ ਇੱਕ ਹਰਦਾ ਹੈਗਾ ਉਹ 750 ਰੁਪਏ ਤਾਂ ਉੱਥੇ ਆਪਣਾ ਇੱਕ ਡੱਬਾ ਰੱਖ ਲੈਣ ਡੱਬੇ ਪ੍ਰੋਸੈਸ ਕਰੀ ਜਾਂ ਉਹਨਾਂ ਦੇ 750 ਰੁਪਏ ਬਚ ਜਾਏਗਾ ਬਿਲਕੁਲ ਤੇ ਇਹ 1000 ਰੁਪਏ ਦਾ ਸਾਰਾ ਮੇਰੇ ਖਾਲੇ ਪੂਰਾ ਪਲਾਂਟ ਆ ਜਾਂਦਾ ਜਿਹੜਾ ਪਲਾਸਟਿਕ ਦਾ ਹੈਗਾ ਨਾ 100 ਲੀਟਰ ਦਾ 1000 ਰੁਪਏ ਦਾ ਬੜੇ ਆਰਾਮ ਨਾਲ ਮਿਲ ਜਾਂਦਾ ਉਹ ਤੁਸੀਂ ਰੱਖੋ ਤੇ ਉਹਦੇ ਚ ਆਪਣਾ ਕਰੋ ਮੇਰੇ ਘਰ ਆ ਕੇ ਦੇਖ ਲਓ ਬਹੁਤ ਬੜੇ ਚੱਲ ਰਹੇ ਕੋਈ ਦਿੱਕਤ ਨਹੀਂ ਹੈ ਜੋ ਥੈਂਕ ਯੂ ਥੈਂਕ ਯੂ ਇਹ ਸੀਗੇ ਪ੍ਰੇਮ ਕਰਜੀ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਗਵਰਨਮੈਂਟ ਨੂੰ ਚਾਹੀਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੂੜੇ ਦਾ ਜਾਂ ਤਾਂ ਜਿਹੜੇ ਪਲਾਂਟ ਹੈਗੇ ਆ ਇਹ ਇੰਸਟੀਚਿਊਟ ਵਾਈਜ਼ ਲੱਗਨੇ ਚਾਹੀਦੇ ਜਿਹੜੇ ਜਿਹੜੇ ਸੈਕਟਰ ਚ ਜਿਹੜੇ ਜਿਹੜੇ ਪਿੰਡਾਂ ਚ ਇੰਸਟੀਚਿਊਟ ਹੈਗੇ ਆ ਉੱਥੇ ਛੋਟੇ ਛੋਟੇ ਪਲਾਂਟ ਲੱਗਨੇ ਚਾਹੀਦੇ ਤਾਂ ਕਿ ਉੱਥੇ ਦਾ ਕੂੜਾ ਉੱਥੇ ਪ੍ਰੋਸੈਸ ਹੋ ਜੇ ਦੂਜਾ ਉਹਨਾਂ ਨੇ ਇਹ ਸੁਜੈਸਟ ਕੀਤਾ ਹੈ ਕਿ ਇਸ ਤੋਂ ਇਲਾਵਾ ਘਰ ਘਰ ਚ ਵੀ ਇਹ ਕੂੜਾ ਜਿਹੜਾ ਹੈ ਅਸੀਂ ਪ੍ਰੋਸੈਸ ਕਰ ਸਕਦੇ ਹਾਂ ਔਰ ਘਰ ਜਿਹੜੇ ਘਰ 'ਚ ਵੀ ਕੂੜਾ ਪ੍ਰੋਸੈਸ ਹੋਏਗਾ ਉਹਨੂੰ ਕਿਸੇ ਤਰ੍ਹਾਂ ਦਾ ਇਨਸੈਂਟਿਵ ਜਿਹੜਾ ਹੈ ਉਹ ਦਿੱਤਾ ਜਾ ਸਕਦਾ ਹੈ ਇਸ ਦੇ ਨਾਲ ਨਾ ਸਿਰਫ ਸ਼ਹਿਰ 'ਚ ਜਿਹੜੀਆਂ ਕੂੜਾ ਕਲੈਕਸ਼ਨ ਵਾਲੀਆਂ ਗੱਡੀਆਂ ਘੁੰਮ ਰਹੀਆਂ ਉਹਨਾਂ ਦਾ ਪੋਲੂਸ਼ਨ ਬਚੇਗਾ ਬਲਕਿ ਇਸ ਤਰ੍ਹਾਂ ਦਾ ਜਿਹੜਾ ਕੂੜੇ ਦਾ ਪਹਾੜ ਖੜਾ ਹੋ ਰਿਹਾ ਉਸ ਤੋਂ ਵੀ ਛੁਟਕਾਰਾ ਮਿਲੇਗਾ ਇਸ ਤੋਂ ਇਲਾਵਾ ਜਿਹੜਾ ਕਈ ਸੋ ਕਰੋੜ ਰੁਪਇਆ ਵੱਡੇ ਵੱਡੇ ਪਲਾਂਟ ਲਗਾਉਣ 'ਚ ਖਰਚ ਕੀਤਾ ਜਾ ਰਿਹਾ ਉਸ ਦੀ ਵੀ ਬਚਤ ਹੋਏਗੀ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿਤ ਦੇ ਨਾਲ ਦੈਨਿਕ ਸੂਰਤ ਟੀਵੀ ਲਈ ਚੰਡੀਗੜ੍ਹ ਤੋਂ